अपनी पुलिस नाल कोई लड़ाई नहीं है। आप आपका जोर ते शोर ला के असी मेमोरेंडम देन जाना सी, जिथे पुलिस कर्मचारियों ने रोकिया ते पानी दियां बुछाड़ा मारियां। साडा कोई किसी नाल लड़ना मकसद नहीं है, शांतिपूर्वक तरीके का प्रदर्शन है। असी कोई लड़न नहीं आए ते ना ही कोई कानून आपके हाथ में लैण वास्ते आए हैं। हुण आपां सारे दे सारे बड़े तेने बसा च बैठ के गिरफ्तारी देंगे। ते मेरी बेनती है सारियां नूं जिन्हें आसे पासे खड़े है, जिहड़े बसा च चढ़ जाण उह बसा च आ जाओ, जिहड़े बसा च ना चढ़ सकन ਉਹ ਤਿੰਨ ਵਾਲੇ ਥਾਣੇ ਚ ਆਉਣਾ ਹੈ ਤੁਸੀਂ ਸਾਰਿਆਂ ਨੇ। ਤੇ ਜਿੰਨਾ ਚਿਕਰ ਸਾਨੂੰ ਗ੍ਰਿਫਤਾਰੀ ਦੇਣੀ ਪਈ ਜੇ ਜੇਲ੍ਹ ਵੀ ਜਾਣਾ ਪਿਆ ਤਾਂ ਅਸੀਂ ਜਾਵਾਂਗੇ। ਇਹ ਸਰਕਾਰ ਦੇ ਖਿਲਾਫ ਅੱਜ ਅਸੀਂ ਮੋਰਚਾ ਖੋਲਿਆ ਔਰ ਹਰ ਫਰੰਟ ਤੇ ਖੋਲਦੇ ਰਵਾਂਗੇ। ਇਹ ਸਰਕਾਰ ਦੀਆਂ ਜਿਹੜੀਆਂ ਜੋ ਹੈ ਅੱਛੇ ਦਿਨਾਂ ਦੀ ਸਰਕਾਰ ਕਰਤੂਤਾ ਕਰ ਰਹੀ ਹੈ, ਇਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਏਗਾ। 2024 ਦੇ ਵਿੱਚ ਕ੍ਰਾਂਤੀ ਆਏਗੀ, ਇਹ ਸਰਕਾਰ ਨੂੰ ਚਲਦਾ ਕਰਾਂਗੇ। ਇਹ ਸਰਕਾਰ ਜ਼ਮੀਨ ਤੇ ਆਏਗੀ, ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਕਾਂਗਰਸ ਪਾਰਟੀ ਜ਼ਿੰਦਾਬਾਦ। ਸਰ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਹਜੂਮ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਇੱਥੇ ਮੌਜੂਦ ਹੈ। ਔਰ ਮੈਂ ਇੱਕ ਗੱਲ ਇੱਥੇ ਹੋਰ ਦੱਸਣੀ ਚਾਹੁੰਦਾ, ਜ਼ਿਲ੍ਹਿਆਂ ਦੇ ਵਿੱਚ ਵੀ ਧਰਨੇ ਨੇ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਲੱਗੇ ਨੇ, ਉਸਦੇ ਬਾਵਜੂਦ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਦਾ ਇਕੱਠ ਹੋਇਆ। ਇਹ ਦੱਸਦਾ ਕਿ ਕਾਂਗਰਸ ਪਾਰਟੀ ਦੇ ਪ੍ਰਤੀ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ, ਜਨਤਾ ਦਾ ਸਾਨੂੰ ਭਰਪੂਰ ਸਮਰਥਨ ਹੈ ਔਰ ਇਹ ਸਰਕਾਰ ਨੂੰ ਚਲਦਾ ਕਰਨ ਲਈ ਇਹ ਜਨਤਾ ਬਹੁਤ ਕਾਹਲੀ ਹੈ। ਜਲਦੀ ਤੋਂ ਜਲਦੀ ਇਹ ਸਰਕਾਰ ਦਾ ਖਾਤਮਾ ਹੋਏਗਾ ਔਰ ਇਹ ਸਰਕਾਰ ਨੂੰ ਆਪਣੇ ਕੀਤੇ ਗੁਨਾਹਾਂ ਦਾ, ਬੋਲੇ ਹੋਏ ਝੂਠਾਂ ਦਾ ਫਲ ਭੁਗਤਣਾ ਪਏਗਾ। ਇਹ ਸਰਕਾਰ ਨੂੰ ਉਹ ਨਤੀਜੇ ਭੁਗਤਣੇ ਪੈਣਗੇ ਜਿਹੜੇ ਕਦੇ ਕਿਸੇ ਨੂੰ ਨਾ ਭੁਗਤਣੇ ਪਏ ਹੋਣ। ਸ਼ਾਂਤੀਪੂਰਕ ਤਰੀਕੇ ਦੇ ਨਾਲ ਅਸੀਂ ਗਵਰਨਰ ਸਾਹਿਬ ਨੂੰ ਮੈਮੋਰੈਂਡਮ ਦੇਣ ਜਾ ਰਹੇ ਸਾਂ। ਹਮੇਸ਼ਾ ਦੀ ਤਰ੍ਹਾਂ ਪੁਲਿਸ ਨੇ ਰਸਤੇ 'ਚ ਰੋਕਿਆ, ਜਿਸ ਤਰ੍ਹਾਂ ਦਾ ਵਤੀਰਾ ਕੀਤਾ ਤੁਸੀਂ ਆਪ ਭਲੀ ਪੰਕਤੀ ਦੇਖਿਆ। ਸੋ ਹੁਣ ਅਸੀਂ ਗ੍ਰਿਫਤਾਰੀ ਦਿੱਤੀ ਹੈ। ਸੋ ਗ੍ਰਿਫਤਾਰੀ ਦੇ ਰੂਪ ਦੇ ਵਿੱਚ ਹਜ਼ਾਰਾਂ ਸਾਥੀ ਅੱਜ ਜਨਤਾ ਦੀ ਲੜਾਈ ਲੜਨ ਵਾਸਤੇ ਆਏ ਆ, ਮਹਿੰਗਾਈ ਦੇ ਖਿਲਾਫ ਲੜਾਈ ਲੜਨ ਵਾਸਤੇ। ਬਿਲਕੁਲ, ਹੁਣ ਅਸੀਂ ਗ੍ਰਿਫਤਾਰੀ ਦੇਣ ਬਾਅਦ ਫਿਰ ਪਤਾ ਚੱਲੇਗਾ ਕਿ ਜੇਲ੍ਹ ਭੇਜਣਗੇ ਜਾਂ ਗ੍ਰਿਫਤਾਰੀ ਤੋਂ ਬਾਅਦ ਛੱਡ ਦਿੰਦੇ।